चोरां दे हौसले इन्ने बुलंद हो गए ने कि ओ दिन दिहाड़े चोरी दियां घटनावां नूं अंजाम दे रहे ने। खन्ना दे मलेरकोटला रोड ते स्थित ऑफिसर कलोनी च दिन दिहाड़े लुट दी वारदात नूं अंजाम दिता गया, जिथे मोटरसाइकिल सवार तीन लुटेरिया ने 70 साल की बजुर्ग औरत नूं घर दे विच बन के बुरी तरह कुटिया। उसके मुंह दे विच कपड़ा पाया गया तां जो बुजुर्ग दे रोले दी आवाज बाहर ना निकल सके। एक तरह दे नाल इंसानियत नूं वी शर्मसार कर दिता। इस बुजुर्ग औरत दे नाल लुटेरिया ने जो व्यवहार किया उसनूं देख के रोंगटे खड़े हो जांदे ने। बुजुर्ग महिला की हालत बहुत ही नाजुक है, अखा खुल नहीं रही। तुहानूं दस दिए कि लुटेरिया दे वल्लों वड्डी लुट नूं अंजाम दिता गया। 70 साल बुजुर्ग नूं पहलो तां कुट्टिया गया, फिर बन्निया गया, उस तों बाद घर दे विचों नकदी ते गहने लुट के इह लुटेरे फरार हो गए। पत्नी लगती है, मैं चाह तो देने की गया होया, मगरों बात वारदात हो गई। ठीक है, फिर हथ बंदे हुई सी, मूँह च कपड़ा दिता होया। ठीक है, फिर कले पार करते। अच्छा, हाँ जी। तो कुछ पता लगी कुछ समान वगैरह की लेके गए? शायद पता नहीं लगे, इस छे सत तोड़े सोना, अठ तो तोड़े सोना, मैनू नहीं पता है। अच्छा, तुसी की काम कर दी जी? मैं कहता कोठियां बनाउने। किदा हालत की ने हुण इहनां दी? हालत गंभीर ही आ। ਇਹ ਸਾਡੇ ਜਿਹੜੇ ਸੁਰਜੀਤ ਕੌਰ ਨੇ, ਸਾਡੇ ਆਂਟੀ ਨੇ, ਗੁਆਂਢੀ ਨੇ ਜੀ, ਅਤੇ ਬਾਹਰ ਰੌਲਾ ਪਿਆ, ਮੈਂ ਭੱਜ ਕੇ ਗਿਆ। ਜਦੋਂ ਗਿਆ ਇਹ ਬੈੱਡ ਦੇ ਉੱਤੇ ਪਏ ਸੀਗੇ, ਇਹਨਾਂ ਦੇ ਸਿਰ 'ਤੇ ਰੋਡਾਂ ਬਲੱਡ ਚੱਲ ਰਿਹਾ ਸੀਗਾ, ਇਹ ਆਪਣਾ ਇਹਨਾਂ ਦੇ ਸੱਟਾਂ ਵੱਜੀਆਂ ਹੋਈਆਂ ਸੀ। ਇਹਨਾਂ ਨੂੰ ਜਾ ਕੇ ਪੁੱਛਿਆ, ਕਹਿੰਦੇ ਵੀ ਉੱਪਰ ਤਾਂ ਇਹਨਾਂ ਕੋਲ ਪਹਿਲਾਂ ਦੋ ਬੰਦੇ ਆਏ ਨੇ, ਉਹ ਆ ਕੇ ਉਹਨਾਂ ਨੇ ਇਹਦੇ ਮੂੰਹ ਵਿੱਚ ਕੱਪੜਾ ਦਿੱਤਾ, ਇਹਨਾਂ ਨੂੰ ਬੰਨਿਆ, ਅਤੇ ਇਹਨਾਂ ਦੇ ਬੈੱਡ ਵਗੈਰਾ ਦੇ ਵਿੱਚੋਂ ਲੁੱਟਕ ਸੁੱਟ ਕਰਕੇ ਕੁਛ ਕੈਸ਼ ਲੈ ਗਏ, ਕੁਛ ਗਹਿਣੇ ਵਗੈਰਾ ਲੈ ਗਏ, ਫਿਰ ਇਹਨਾਂ ਦੇ ਰਾਡਾਂ ਮਾਰੀਆਂ ਸਿਰ ਵਗੈਰਾ 'ਤੇ। ਉਹ ਤੋਂ ਬਾਅਦ ਭੱਜ ਗਏ ਅਸੀਂ, ਤਾਂ ਜਦੋਂ ਗਏ ਜਾ ਕੇ ਇਹਨਾਂ ਨੂੰ ਚੱਕਿਆ, ਚੱਕ ਕੇ ਫਿਰ ਅਸੀਂ ਇਹਨਾਂ ਨੂੰ ਹੋਸਪਿਟਲ ਲੈ ਆਏ। ਇਹਨਾਂ ਸਿਰ 'ਚ ਸੱਟਾਂ ਵੱਜੀਆਂ ਹੋਈਆਂ ਨੇ ਜੀ, ਬਾਂਹ 'ਤੇ ਟੱਕ ਜਿਹੇ ਲੱਗੇ ਹੋਏ ਨੇ ਜੀ। ਬਾਕੀ ਹੁਣ ਜਿਵੇਂ ਦੱਸਿਆ, ਬਾਕੀ ਗੁਆਂਢੀਆਂ ਨੇ ਦੇਖਿਆ ਸੀ ਸੀਟੀ ਕੈਮਰੇ ਤੋਂ ਵੀ, ਇਹ ਤਿੰਨ ਜਾਣੇ ਨੇ। ਵੈਸੇ ਆਂਟੀ ਦੇ ਮੁਤਾਬਕ ਪਹਿਲਾਂ ਉੱਪਰ ਦੋ ਬੰਦੇ ਆਏ ਨੇ। ਆਂਟੀ ਹੈਲਥ ਡਿਪਾਰਟਮੈਂਟ 'ਚੋਂ ਰਿਟਾਇਰ ਨੇ, ਅਤੇ ਇਹ ਆਪਣਾ ਇਹ ਕਹਿ ਕੇ NPCS ਸਾਡੀ ਕੁੜੀ ਬਿਮਾਰ ਹੈ, ਉਹਦੇ ਵਾਸਤੇ ਅਸੀਂ ਦਵਾਈ ਲੈਣੀ ਹੈ। ਅੰਦਰ ਚਲੇ ਗਏ ਇਹਨਾਂ ਦੇ ਕਮਰੇ 'ਚ ਆਂਟੀ ਦੇ ਕੋਲ, ਉਹ ਤੋਂ ਬਾਅਦ ਜਾ ਕੇ ਉਹਨਾਂ ਨੂੰ ਦੱਸਿਆ, ਮੈਂ ਕੱਪੜੇ ਮੂੰਹ ਦੇ ਵਿੱਚ ਕੱਪੜਾ ਵੀ ਦਿੱਤਾ ਇਹਨਾਂ ਨੇ ਆਂਟੀ ਦੇ ਮੁਤਾਬਕ। ਹਾਂ, ਆਂਟੀ ਦੀ ਲਗਭਗ 70 ਸਾਲ ਦੀ ਏਜ ਹੈ। ਵਿਕਾਸ ਗੁਪਤਾ ਜੀ, ਇਹਨਾਂ ਮੁਹੱਲੇ 'ਚ ਚੋਰੀ ਵਾਲੇ ਚੋਰ ਆਏ ਸੀਗੇ ਜੀ, ਆਂਟੀ ਹੈ ਸੁਰਜੀਤ ਕੌਰ ਜੀ, ਉਹਨਾਂ ਦੇ ਦਵਾਈ ਦੇ ਬਹਾਨੇ ਅੰਦਰ ਆਏ ਅਤੇ ਉਹਨਾਂ ਨੂੰ ਬੰਨ ਕੇ ਕੁੱਟਮਾਰ ਕਰਕੇ ਉਹਨਾਂ ਦਾ ਸਾਰਾ ਕੀਮਤੀ ਸਮਾਨ ਲੈ ਗਏ, ਪੈਸੇ ਪੂਸੇ ਵੀ ਲੈ ਕੇ ਗਾ ਸੀ। ਇਹ 4 ਵਜੇ ਦੀ ਗੱਲ ਹੈ, 4:30 ਦੀ ਗੱਲ ਹੈ ਜੀ। ਤਿੰਨ ਬੰਦੇ ਸੀਗੇ, ਨਹੀਂ ਪੁਲਿਸ ਆਈ ਹੋਈ ਹੈ ਜੀ, ਇਨਕੁਆਇਰੀ ਚੱਲ ਰਹੀ ਹੈ ਜੀ, ਪਹੁੰਚ ਗਈ ਜੀ, ਆ ਗਏ ਜੀ ਬੰਦੇ, ਆਏ ਜੀ, ਤਿੰਨ ਬੰਦੇ ਆਏ ਜੀ, ਮੋਟਰਸਾਈਕਲ 'ਤੇ ਆਏ ਜੀ, ਰਿਟਾਇਰ ਨੇ ਜੀ ਡਾਕਟਰ, ਹਾਂਜੀ ਪੇਸ਼ੇ ਦੇ ਡਾਕਟਰ ਸੀਗੇ ਜੀ, ਅਤੇ ਘਰੋਂ ਦਵਾਈ ਦੇ ਬਹਾਨੇ ਚੋਰ ਆਏ ਅੰਦਰ, ਅਤੇ ਇਹਨਾਂ ਤੋਂ ਚੋਰੀ ਕਰਕੇ ਸਮਾਨ ਸਾਰਾ ਲੁੱਟ ਕੇ ਲੈ ਗਏ। ਇੱਕ ਹਸਬੈਂਡ ਹੈ ਜੀ, ਇੱਕ ਆਪ ਨੇ, ਇੱਕ ਨੂੰਹ ਹੈ। ਇਹ ਹਸਬੈਂਡ ਇਹਨਾਂ ਦੇ ਮਕਾਨ ਬਣਦਾ ਪਿਆ ਨਾਲ, ਉੱਥੇ ਗਏ ਹੋਏ ਸੀ ਚਾਹ ਦੇ ਬਹਾਨੇ, ਚਾਹ ਲੈਣ ਦੇਣ ਗਏ ਸੀ ਉੱਥੇ, ਅਤੇ ਮੈਡਮ ਇਕੱਲੇ ਸੀਗੇ ਜੀ ਡਾਕਟਰ ਨੂੰ। ਹਾਂਜੀ, ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ।